ਅਸਲਾਮ ਅਲੈਕੁਮ ਸਾਰਿਆਂ ਦਾ ਕੀ ਹਾਲ ਹੈ? ਠੀਕ ਠਾਕ। ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਦਿਨ ਅਸਾਂ ਆਪਣਾ 11 ਲੱਖ ਤਾਂ ਲੈ ਲਿਆ ਸੀ, ਬਾਕੀ ਸਾਡਾ 9 ਲੱਖ ਰਹਿੰਦਾ ਸੀ ਅਤੇ ਉਹ ਅਸੀਂ ਅੱਜ ਲੈਣ ਜਾ ਰਹੇ ਹਾਂ ਅਤੇ ਨਾਲੇ ਤੁਹਾਨੂੰ ਖੁਸ਼ਾਬ ਦੀ ਸੈਲ ਕਰਾਉਂਦੇ ਹਾਂ। ਨਾਲੇ ਤੁਹਾਨੂੰ ਪਤਾ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ, ਨਾਲੇ ਤੁਹਾਨੂੰ ਮੌਸਮ ਵੀ ਰਸਤੇ 'ਤੇ ਚੈੱਕ ਕਰਾਉਂਦੇ ਜਾਂਦੇ ਹਾਂ। ਜੀ ਤੁਸੀਂ ਜਿਵੇਂ ਚੈੱਕ ਕਰ ਰਹੇ ਹੋ, ਅੱਲਾ ਦਾ ਸ਼ੁਕਰ ਹੈ ਸਾਹ ਨਿਕਲਦੇ ਪਏ ਹਾਂ ਘਰੋਂ ਅਤੇ ਰਸਤੇ ਦੇ ਉੱਤੇ ਆਵੇ ਤਾਂ ਪਿਓ ਸੂਰਜ ਨਿਕਲ ਆਇਆ ਹੈ। ਇਹ ਅੱਲਾ ਦਾ ਸ਼ੁਕਰ ਹੈ, ਅੱਲਾ ਕਰਮ ਕੀਤਾ ਅਤੇ ਹੁਣ ਥੋੜ੍ਹਾ ਜਿਹੜਾ ਮਾਹੌਲ ਹੈ ਨਾ ਉਹ ਥੋੜ੍ਹਾ ਠੀਕ ਹੋ ਗਿਆ ਅਤੇ ਬਾਕੀ ਤੁਸੀਂ ਇਹ ਬਾਹਰ ਚੈੱਕ ਕਰ ਰਹੇ ਹੋ ਅੱਲਾ ਧਈ ਤੁਹਾਨੇ। ਇਹ ਦਿਨ ਦਾ ਤਕਰੀਬਨ 1 ਵੱਜ ਚੁੱਕਾ ਹੈ ਅਤੇ ਇਹ ਕੋਈ ਸੁਬਹਾ ਦੇ 6 ਜਾਂ 5 ਨਹੀਂ ਹੈ। ਜਿਹੜਾ ਮੌਸਮ ਦਾ ਹਾਲਾਤ ਚੈੱਕ ਕਰ ਰਹੇ ਹੋ, ਬਾਕੀ ਉਹ ਆਪਣਾ ਸਾਹਮਣੇ ਡੇਰਾ ਵੀ ਆ ਗਿਆ ਜਿੱਥੇ ਅੱਗੇ ਵੀ ਤੁਹਾਨੂੰ ਪਤਾ ਵੀਡੀਓ ਬਣਾਉਂਦੇ ਹਾਂ ਅਤੇ ਹੁਣ ਚੱਲਦੇ ਹਾਂ ਫਿਰ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੋਈ ਰਸਤਾ। ਅਸੀਂ ਆਪਣੇ ਗ੍ਰਾਮ ਵਾਪਸ ਆ ਚੁੱਕੇ ਹਾਂ ਪੈਸੇ ਲੈ ਕੇ ਅਤੇ ਇਹ ਹੁਣ ਮੈਂ ਆਪਣੇ ਇਲਾਕੇ ਦੇ ਅੱਡੇ 'ਤੇ ਖੱਲਾਂ। ਬਾਕੀ ਇਹ ਆਪਣਾ ਗੋਦਾਮ ਹੈ, ਚੈੱਕ ਕਰ ਰਿਹਾ ਤੁਸੀਂ ਅਤੇ ਬਾਕੀ ਹੁਣ ਘਰ ਜਾਂਦੇ ਹਾਂ ਅਤੇ ਪੈਸੇ ਗਿਣੂੰਗਾ ਕਿੰਨੇ ਲੈਣ ਕਿ ਪੂਰੇ ਆਣ ਕੋਈ ਨਾ। ਅਸਲ ਬੈਂਕ ਤੋਂ ਲੈਣ ਅਤੇ ਬੈਂਕ ਤੋਂ ਲੈ ਕੇ ਗਿਣੇ ਕਦੀ ਨਹੀਂ, ਕਿਉਂਕਿ ਉਹ ਬੈਂਕ ਮੈਨੇਜਰ ਕੋਲ ਪਹਿਲੇ ਲੈਂਦੇ ਰਹਿੰਦੇ ਹਾਂ। ਬਾਕੀ ਹੁਣ ਚੱਲਦੇ ਹਾਂ ਘਰ ਉੱਥੇ ਗਿਣਦੇ ਹਾਂ ਜੀ। ਇਹ ਅਸਾਂ ਇੱਕ ਟੇਬਲ ਲੈਣਾ ਜੀ, ਇਹ ਬੜਾ ਪਿਆ ਜੀ, ਇਹ ਹੁਣ ਟੇਬਲ 'ਚ ਆਉਂਦੇ ਹਾਂ ਚਲਦੇ ਹਾਂ ਵਾਪਸ ਪਹੁੰਚਾਇਆ ਅਤੇ ਇਹ ਸਾਰਿਆਂ ਨਾਲ ਪਹਿਲੇ ਤੁਹਾਨੂੰ ਖਾਣ ਪੀਣ ਵਾਲੀ ਸ਼ਾਇਦ ਚੈੱਕ ਕਰਾ ਲੈਂਦੇ ਹਾਂ। ਨਾਲੇ ਪੈਂਪਰ ਹੈ ਜਤਕੜੀ 'ਤੇ ਲੈ ਆਉਣ, ਨਾਲੇ ਇਹ ਕੁਝ ਉਸ ਚੀਜ਼ ਲਈ ਆਈ, ਬਾਕੀ ਇਹ ਬ੍ਰੈਡ ਵਗੈਰਾ ਲੈ ਆਉਣ, ਇਹ ਮਿਠਾਈ ਲਈ ਆਈ, ਇਹ ਕੋਈ ਹੋਰ
ਲੱਡੂ ਵਗੈਰਾ ਹੈ, ਇਹ ਦਵਾਈ ਤੁਹਾਨੂੰ ਚੈੱਕ ਕਰਾਈ, ਆਹ ਖਾਤੇ ਜਿਸ ਚੀਜ਼ ਖਾਣਾ ਅੱਜ ਗਏ ਹਾਂ। ਆਖਿਰ ਅਸੀਂ ਐਡੇ ਤਾਂ ਆਇਆਂ ਜਿੱਥੇ ਮੈਂ ਪਿੱਛੇ ਤੁਹਾਨੂੰ ਵਲੋਗ ਥੋੜ੍ਹਾ ਵਿਖਾਇਆ, ਉੱਥੇ 2 ਲੱਖ ਰੁਪਈਆ ਦੇਣਾ, 2 ਲੱਖ ਉੱਥੇ ਦੇ ਦਿੱਤਾ, ਬਾਕੀ ਇਹ ਸਾਰੇ ਪੈਸੇ ਆਉਣੇ ਨੇ। ਬਸ ਦੁਆ ਕਰੋ ਅੱਜ ਸਾਡਾ 20 ਲੱਖ ਦਿੱਤਾ ਅਤੇ ਇਹਦੇ ਵਿੱਚੋਂ 8 ਲੱਖ ਹੋਰ ਮੁੰਜੀ ਵਾਲੇ ਲੋਕਾਂ ਦਾ ਦੇਣਾ ਅਤੇ ਲੱਖ ਸਾਨੂੰ ਬਚ ਵੈਸੇ ਅਤੇ ਬਾਕੀ ਹੁਣ ਦੁਆ ਕੀਤੀ।